ਆਉਣ ਵਾਲਾ ਸਮਾਂ ਉਹ ਸਮਾਂ ਕੀ ਕਹੇਗਾ ਜਦੋਂ ਉਹਨਾਂ ਕੋਲ ਜ਼ਮੀਨਾਂ ਨਾ ਰਹੀਆਂ ਉਹ ਜਿਹੜੇ ਅੱਜ ਭਾਵੇਂ ਉਹਨਾਂ ਕੋਲ ਥੋੜੀ ਆ ਜ਼ਮੀਨ ਭਾਵੇਂ ਬਹੁਤੀ ਮਾਲਕ ਤੇ ਹੈ ਕੱਲ ਨੂੰ ਉਹ ਉੱਥੇ ਉਹ ਬਾਬਾ ਗਾਲਾਂ ਨਹੀਂ ਕੱਢਣਗੇ ਵੀ ਮੇਰਾ ਬਾਬਾ ਯਾਰ ਉਦੋਂ ਮਰ ਗਿਆ ਸੀ ਜਾਂ ਮੇਰਾ ਪਿਓ ਉਦੋਂ ਮਰ ਗਿਆ ਸੀ ਜਦੋਂ ਸਾਡੀਆਂ ਜ਼ਮੀਨਾਂ ਖੋਲ੍ਹੋ ਲਵ ਕਦੇ ਨਾ ਹੋਇਆ ਹੋਈਆਂ ਸਦਾ ਹੀ ਹਾਨੀਆਂ ਨੇ ਉਹ 90% ਤੋਂ ਵੱਧ ਪੰਜਾਬ ਦੀਆਂ ਕੁਰਬਾਨੀਆਂ ਨੇ ਕਿੰਜ ਮੋਰਚਾ ਭੰਗ ਕਰਾਉਣਾ ਤੈਨੂੰ ਕੁਝ ਨਾ ਔੜਦਾ ਏ ਲੱਗਦਾ ਏ ਅੱਤਵਾਦੀ ਜਦੋਂ ਪੰਜਾਬ ਬੋਲਦਾ ਏ ਕਿਉਂ ਲੱਗਦਾ ਏ ਅੱਤਵਾਦੀ ਜਦੋਂ ਪੰਜਾਬ ਬੋਲਦਾ ਏ ਉਹ ਕਿਸਾਨ ਨੇ ਉਹ ਜਿਹਨਾਂ ਦੇ ਪੁੱਤ ਬਾਰਡਰਾਂ ਦੇ ਉੱਤੇ ਗੋਲੀਆਂ ਖਾ ਰਹੇ ਤੇ ਬਾਪੂ ਇੱਥੇ ਉਹ ਕਤਰੂ ਗੈਸ ਦੇ ਗੋਲੀ ਖਾ ਰਹੇ ਕਿਉਂ ਇਹ ਇੰਨਾ ਹੰਕਾਰ ਕਿਉਂ ਪੜ੍ਹ ਲਈ ਤੂੰ ਇਤਿਹਾਸ ਅਸੀਂ ਅਫਗਾਨ ਵੀ ਖਲਿਆ ਏ ਤਖਤ ਦਿੱਲੀ ਦਾ ਸਿੰਘਾਂ ਨੇ 19 ਵਾਰੀ ਮੱਲਿਆ ਏ ਸੁਣੀ ਮੋਦੀਆ ਸਿੰਘਾਂ ਨੇ ਇੰਦਰਾ ਵੀ ਸੋਦੀਆ ਜਿਹੜਾ ਸੱਚ ਨੀ ਦੱਸਦਾ ਤੇਰਾ ਮੀਡੀਆ ਗੋਦੀਆ ਪੰਜਾਬ ਬੋਲਦਾ ਏ ਕਿਉਂ ਲੱਗਦਾ ਏ ਅੱਤਵਾਦੀ ਜਦੋਂ ਪੰਜਾਬ ਬੋਲਦਾ ਏ ਅਲੀ ਅੱਖੇ ਜੇ ਕੋਈ ਇਸ ਵੱਲ ਵੇਖੇ ਤੇ ਕਸੂਨੋ ਪੰਥ ਜਿਉਂਦਾ ਰਿਹਾ ਹੈ ਰਵੀ ਸਿੰਘ ਨੇ ਜਾਤ ਪਾਤ ਨਾ ਧਰਮ ਦੇਖਿਆ ਏ ਉਹਨੂੰ ਦੁਨੀਆ ਕਰਦੀ ਪਿਆਰ ਤੁਸੀਂ ਨਫ਼ਰਤ ਨਾਲ ਦੇਖਿਆ ਏ ਚੜਿਆ ਵੇ ਇਹਦੇ ਤੇ ਕੋਈ ਨਾਦਰ ਦਾ ਚਾਚਾ ਇਹ ਜ਼ਾਲਮ ਦੀਆਂ ਲੁੱਟਾਂ ਨੂੰ